ਦੇਖੋ ਜੀ ਵਹਿਰ ਤਾਂ ਬਿਲਕੁਲ ਤੁਹਾਡੀ ਗੱਲ درست ਹੈ ਵੀ ਗਲਤੀ ਕੀਤੀ ਆ ਅਕਾਲੀ ਦਲ ਵੱਲੋਂ ਬੜਾ ਆਪਣਾ ਨਾ ਘਾਤਕ ਫੈਸਲਾ ਲਿਆ ਗਿਆ ਜਿਹੜਾ ਉੱਥੇ ਦਾ ਸੀਗਾ ਡੇਰੇ ਸਰਸੀ ਵਾਲਾ ਸਾਧ ਉਹਨੂੰ ਮਾਫੀ ਚ ਕਰਨਾ ਚਾਹੀਦਾ ਪਹਿਲੇ ਹਮੇਸ਼ਾ ਤੁਸੀਂ ਵਾਹਜਨ ਸਮਾਜ ਪਾਰਟੀ ਨੂੰ ਸੁਖਬੀਰ ਬਾਦਲ ਹੋਣਾ ਵੀ ਇੱਕ ਵੋਟ ਕਟੂਆ ਪਾਰਟੀ ਦੇ ਤੌਰ ਤੇ ਰੈਫਰ ਕਰਦੇ ਰਹੇ ਅੱਜ ਉਸ ਹੀ ਵੋਟ ਕਟੂਆ ਪਾਰਟੀ ਦੇ ਨਾਲ ਅਕਾਲੀ ਦਲ ਐਲਾਈਂਸ ਕਰਨ ਜਾ ਰਹੇ ਹੈ ਕੁਟੂਆ ਪਾਰਟੀ ਦਾ ਕੀ ਦਾ ਹੁੰਦਾ ਬਿਕੋਜ਼ ਨਾ ਹਰ ਇੱਕ ਪੋਲਿਟਿਕਲ ਪਾਰਟੀ ਦਾ ਆਪਣਾ ਬੇਸ ਆ ਉਹਨਾਂ ਦੀ ਇੱਕ ਵੋਟ ਬੈਂਕ ਆ ਆਮ ਆਦਮੀ ਪਾਰਟੀ ਦੀ ਤੇ ਕੋਈ ਆਡਿਓਲੋਜੀ ਹੈ ਨਹੀਂ ਜੀ ਭਗਵੰਦ ਸਿੰਘ ਮਾ ਜਿਹੜਾ ਹੈਗਾ ਬਚਾਰਾ ਉਹ ਤਾਂ ਚਲੋ ਹੁੰਦਾ ਟੋਟ ਕੇ ਚੁਟਕਲੇ ਸੁਣਾਉਣ ਵਾਲਾ ਸ਼ਰੋ ਸ਼ੈਰੀ ਆਪਣੇ ਠੀਕ ਆ ਹੀ ਇਜ਼ ਅ ਬਟ ਭਗਵੰਦ ਮਾ ਤਾਂ ਨਹੀਂ ਪੰਜਾਬ ਨੂੰ ਕੈਰੀ ਕਰ ਸਕਦਾ ਤੇ ਪਰ ਇਹ ਸਾਰਾ ਹੋਇਆ ਬੀਜੇਪੀ ਦੇ ਉਹ ਕਹੋ ਅੜੀਅਲ ਰਵਈਏ ਕਰਕੇ ਜਾਂ ਬੀਜੇਪੀ ਚਾਹੁੰਦੀ ਸੀ ਕਿ ਅਕਾਲੀ ਦਲ ਸਾਡੇ ਕੋਲ ਬਸੇ ਹੋ ਜਵੇ ਦੇਸ਼ ਪਰਦੇਸ ਟੀਵੀ ਦੇਖਣ ਵਾਲੇ ਰੈਡ ਐਫਐਮ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਅਕਾਲੀ ਦਲ ਔਰ ਭਾਜਪਾ ਜਿਨ੍ਹਾਂ ਦਾ ਨਵਾਂ ਮਾਦਾ ਰਿਸ਼ਤਾ ਹੁੰਦਾ ਸੀਗਾ ਉਹ ਰਿਸ਼ਤਾ ਹੁਣ ਟੁੱਟ ਚੁੱਕਿਆ ਹੈ ਟੁੱਟਣ ਦਾ ਕਾਰਨ ਹੈ ਕਿਸਾਨੀ ਸੰਘਰਸ਼ ਔਰ ਕਿਸਾਨਾਂ ਦੇ ਕਿਸਾਨਾਂ ਦੇ ਵਾਸਤੇ ਤਿੰਨ ਕਾਨੂੰਨਾਂ ਦਾ ਪਾਸ ਹੋਣਾ ਜਿਹਦਾ ਅਕਾਲੀ ਦਲ ਨੇ ਵਿਰੋਧ ਕੀਤਾ ਸੀਗਾ ਅੱਜ ਸਾਡੇ ਵਿੱਚ ਮੌਜੂਦ ਨੇ ਨਕੋਦਰ ਦੇ ਐਮਐਲਏ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਤੋਂ ਜਾਣਾਂਗੇ ਇਹ ਨੋ ਮਾ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਹੁਣ ਉਹ ਕਿਸਰਾ ਮਹਿਸੂਸ ਕਰ ਰਹੇ ਨੇ ਦੇਖੋ ਭਾਸਕਰ ਜੀ ਇਹ ਜਿਹੜਾ ਬਹੁਤ ਪੁਰਾਣਾ ਲਾਇੰਸ ਟੁੱਟਾ ਇਹਦੇ ਪਿੱਛੇ ਬੜੀ ਅਕਾਲੀ ਦਲ ਦਾ ਕਹ ਲੋ ਵਿਸ਼ਵਾਸ ਘਾਤਕ ਤਰ੍ਹਾਂ ਦਾ ਹੋਇਆ ਬਾਦਲ ਸਾਹਿਬ ਐਨਡੀਏ ਦੇ ਜਿਹੜੇ ਫਾਊਂਡਰ ਮੈਂਬਰਾਂ ਵਿੱਚੋਂ ਸੀਗੇ ਬੜੇ ਸੀਨੀਅਰ ਮੋਸਟਰ ਪੋਲਿਟਿਸ਼ੀਅਨ ਸੀ ਉਸ ਅਲਾਈንስ ਦੇ ਲੇਕਿਨ ਬਾਦਲ ਸਾਹਿਬ ਨੇ ਇੱਥੇ ਪੰਜਾਬ ਵਿੱਚ ਪੀਸ ਲਿਆਉਣ ਲਈ ਹਿੰਦੂ ਸਿੱਖ ਭਾਈਚਾਰਾ ਏਕਤਾ ਅਮਨ ਸ਼ਾਂਤੀ ਕੈਂਪ ਕਰਨ ਲਈ ਬਾਦਲ ਸਾਹਿਬ ਨੇ ਉਹ ਬੜਾ ਵੱਡਾ ਸਟੈਪ ਲਿਆ ਤੇ ਐਨਡੀਆ ਦੇ ਨਾਲ ਉਹਨਾਂ ਨੇ ਆਪਣਾ ਲਾਈਨਸ ਕੈਂਪ ਕਰ ਲਿਆ ਹੁਣ ਜਦੋਂ ਇੰਨੇ ਸਾਲਾਂ ਬਾਅਦ ਪ੍ਰਾਈਮ ਮਿਨਿਸਟਰ ਮੋਦੀ ਜੀ ਕੋ ਵਾਗ ਡੋ ਰਹੀ ਭਾਜੀਪੀ ਦੀ ਅਮਿਤ ਸ਼ਾਹ ਜੀ ਕੋ ਆ ਗਈ ਤੇ ਜਦੋਂ ਲੋਡ ਪਈ ਅਕਾਲੀ ਦਲ ਨੂੰ ਲੋਡ ਪਈ ਪੰਜਾਬ ਨੂੰ ਲੋਡ ਪਈ ਕਿਸਾਨਾਂ ਨੂੰ ਤੇ ਉਦੋਂ ਸਾਨੂੰ ਬੜਾ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਭਾਜਪਾ ਨੇ ਪਿੱਠ ਦਿਖਾਤੀ ਪੰਜਾਬੀਆਂ ਨੂੰ ਪਰ ਅਕਾਲੀ ਦਲ ਵੀ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਸ਼ੁਰੂ-ਸ਼ੁਰੂ ਵਿੱਚ ਤੇ ਸਪੋਰਟ ਕਰਦਾ ਰਿਹਾ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਅਕਾਲੀ ਦਲ ਇਹ ਕਹਿੰਦਾ ਵੀ ਰਿਹਾ ਵੀ ਇਹ ਜਿਹੜੇ ਕਾਨੂੰਨ ਆ ਇਹਨਾਂ ਵਿੱਚ ਜਿਹੜੇ ਕਿਸਾਨਾਂ ਵਾਸਤੇ ਕਈ ਗੱਲਾਂ ਚੰਗੀਆਂ ਵੀ ਹੈਗੀਆਂ ਕਰਕੇ ਜਦੋਂ ਨਾ ਇਹਦਾ ਪਹਿਲਾ ਫਾਰਮੈਟ ਆਇਆ ਇਸ ਆਪਣੇ ਆਰਡੀਨੈਂਸ ਦਾ ਉਹ ਬੜਾ ਬਰੀਫ ਫਾਰਮੈਟ ਸੀਗਾ ਬਟ ਨਾਲ ਅਕਾਲੀ ਦਲ ਇਹ ਵੀ ਆਖਦਾ ਰਿਹਾ ਸੈਂਡਲ ਜਿਹੜੇ ਗਵਰਨਮੈਂਟ ਦੇ ਲੀਡਰਸ ਆ ਚਾਹੇ ਤੋਮਰ ਸਾਹਿਬ ਨੇ ਜਾਂ ਆਪਣੇ ਭਾਜਪਾ ਦੇ ਅਮਿਤ ਸ਼ਾਹ ਜੀ ਆ ਰਾਜਨਾਥ ਸਿੰਘ ਆ ਵੀ ਐਮਐਸਪੀ ਜਿਹੜੀ ਆਪਣੇ ਖਰੀਦ ਪ੍ਰਣਾਲੀ ਆ ਕਿਸਾਨਾਂ ਨੂੰ ਬਹੁਤ ਇਸ ਗੱਲ ਦਾ ਭਰਮ ਆ ਕਿਸਾਨਾਂ ਨੂੰ ਬਹੁਤ ਇਸ ਗੱਲ ਦਾ ਡਰ ਆ ਖਦਸ਼ਾ ਆ ਕਿ ਤੁਸੀਂ ਐਮਐਸਪੀ ਨੂੰ ਖਤਮ ਕਰਨ ਜਾ ਰਹੇ ਹੋ ਤੇ ਇਹ ਜਿਹੜਾ ਪਹਿਲਾ ਸਟੈਪ ਆ ਆਪਣੇ ਟੂਰਜ਼ ਐਂਡਿੰਗ ਆਫ ਐਮਐਸਪੀ ਰਜਿਮ ਤੇ ਇਹ ਗੱਲ ਜਦੋਂ ਨਰਿੰਦਰ ਸਿੰਘ ਤੋਮਰ ਆਪਣੇ ਉਹਨਾਂ ਨੇ ਕਹੀ ਸੁਖਬੀਰ ਬਾਦਲ ਜੀ ਨੂੰ ਕਹੀ ਸਰਦਾਰ ਨਿਹਰ ਸਿਮਰਤ ਕੌਰ ਬਾਦਲ ਜੀ ਨੂੰ ਕਹੀ ਕਿ ਐਮਐਸਪੀ ਨਹੀਂ ਬੰਦ ਹੋਊਗੀ ਤਾਂ ਕਿਸਾਨਾਂ ਦਾ ਉਸ ਸਮੇਂ ਯਕੀਨ ਨਹੀਂ ਵੱਜਦਾ ਸੀ ਕਿਸਾਨ ਚਾਹੁੰਦੇ ਸੀਗੇ ਕਿ ਪ੍ਰਾਈਮ ਮਿੰਿਸਟਰ ਮੋਦੀ ਜੀ ਇਸ ਗੱਲ ਦਾ ਐਲਾਨ ਕਰਨ ਪਾਰਲੀਮੈਂਟ ਦੇ ਫਲੋਰ ਤੇ ਖੜੇ ਹੋ ਕੇ ਜਦੋਂ ਆਰਡੀਨੈਂਸ ਪੇਸ਼ ਹੋਣੇ ਸੀ ਬਿੱਲ ਪੇਸ਼ ਹੋਣੇ ਸੀਗੇ ਆਪਣੇ ਲੋਕ ਸਭਾ ਤੇ ਰਾਜ ਸਭਾ ਚ ਲੇਕਿਨ ਮੋਦੀ ਸਾਹਿਬ ਨੇ ਨਹੀਂ ਇਹ ਗੱਲ ਸੁਣੀ ਉਹਨਾਂ ਨੇ ਨਹੀਂ ਆਪਣੇ ਪਾਰਲੀਮੈਂਟ ਵਿੱਚ ਕੁਝ ਕਿਹਾ ਤੇ ਫੇਰ ਜਦੋਂ ਕਿਸਾਨਾਂ ਦਾ ਵਿਰੋਧ ਵੱਧ ਗਿਆ ਤੇ ਫੇਰ ਇਹ ਤਾਂ ਕੁਦਰਤੀ ਤੌਰ ਤੇ ਆਪਣੇ ਅਕਾਲੀ ਦਲ ਨੂੰ ਸਮੇਂ ਸਿਰ ਸਹੀ ਫੈਸਲਾ ਲੈਣਾ ਪੈਣਾ ਸੀਗਾ ਉਹਨਾਂ ਨੇ ਦੇਖਿਆ ਵੀ ਇਹ ਤਾਂ ਕਿਸਾਨਾਂ ਦੀ ਗੱਲ ਉਹ ਸੁਣ ਨਹੀਂ ਰਹੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਸਾਨਾਂ ਦੇ ਤੇ ਸਰਕਾਰ ਦੇ ਵਿੱਚ ਇੱਕ ਬ੍ਰਿਜ ਬਣ ਦੀ ਉਹ ਬ੍ਰਿਜ ਦਾ ਵੀ ਕੋਈ ਫਾਇਦਾ ਨਹੀਂ ਲਿਆ ਐਨਡੀਏ ਨੇ ਬੀਜੇਪੀ ਨੇ ਤੇ ਜਦੋਂ ਫਿਰ ਕੋਈ ਹੋਰ ਰਸਤਾ ਨਹੀਂ ਸੀਗਾ ਫਿਰ ਅਕਾਲੀ ਦਲ ਨੂੰ ਇਹ ਸਟੈਪ ਲੈਣਾ ਪੈਣਾ ਸੀ ਆਪਣੇ ਉਹਨਾਂ ਨੂੰ ਬੀਬਾ ਜੀ ਨੂੰ ਰਿਜ਼ਾਈਨ ਕਰਨਾ ਪੈਣਾ ਸੀ ਐਨਡੀਏ ਛੱਡਣਾ ਪੈਣਾ ਸੀਗਾ ਬਾਕੀ ਸਾਰਾ ਜੋ ਹੋਇਆ ਆਪਣੇ ਸਾਹਮਣੇ ਹੀ ਆ ਤੇ ਪਰ ਇਹ ਸਾਰਾ ਹੋਇਆ ਭਾਜਪਾ ਦੇ ਉਹ ਕਹਿ ਲਓ ਅੜੀਅਲ ਰਵਈਏ ਕਰਕੇ ਜਾਂ ਭਾਜਪਾ ਚਾਹੁੰਦੀ ਸੀ ਕਿ ਅਕਾਲੀ ਦਲ ਸਾਡੇ ਕੋਲ પાਸੀ ਹੋ ਜਵੇ ਇਹ ਹੁਣ ਉਹ ਜਾਣਦੇ ਆ ਕਿਉਂ ਇਦਾਂ ਹੋਇਆ ਉਸ ਤੋਂ ਪਹਿਲੇ ਵੀ ਅਕਾਲੀ ਦਲ ਨੇ ਕੁਝ ਗਲਤੀਆਂ ਕੀਤੀ ਸੀਗੀ ਜਿਸ ਗਲਤੀਆਂ ਦਾ ਜ਼ਿਕਰ ਤੁਸੀਂ ਆਪ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਕੀਤਾ ਸੀਗਾ ਭਾਵੇਂ ਉਹ ਗੁਰਮੀਤ RAM ਰਹੀਮ ਨੂੰ ਮਾਫੀ ਦੇਣਾ ਔਰ ਉਸ ਤੋਂ ਬਾਅਦ ਭੁੱਲਾਂ ਬਖਸ਼ਾਨ ਵਾਸਤੇ ਦਰਬਾਰ ਸਾਹਿਬ ਜਾਣਾ ਤੁਹਾਨੂੰ ਇਹ ਲੱਗਦਾ ਹੈ ਕਿ ਉਸ ਗਲਤੀ ਦੀ ਸਜ਼ਾ ਵੀ ਅਗਲੇ 2022 ਦੇ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੂੰ ਭੁਗਤਨੀ ਪੈਣੀ ਹੈ ਦੇਖੋ ਜੀ ਇਹ ਤਾਂ ਬਿਲਕੁਲ ਤੁਹਾਡੀ ਗੱਲ درست ਹੈ ਵੀ ਗਲਤੀ ਕੀਤੀ ਹੈ ਅਕਾਲੀ ਦਲ ਵੱਲੋਂ ਬੜਾ ਆਪਣਾ ਨਾ ਘਾਤਕ ਫੈਸਲਾ ਲਿਆ ਗਿਆ ਜਿਹੜਾ ਉੱਥੇ ਦਾ ਸੀਗਾ ਡੇਰੇ ਸਰਸੇ ਵਾਲਾ ਸਾਧ ਉਹਨੂੰ ਮਾਫੀ ਨਹੀਂ ਚ ਕਰਨਾ ਚਾਹੀਦਾ ਤੇ ਉਹ ਦੁਬਾਰਤ ਜੋ ਹੋਇਆ ਆਪਣੇ ਸਾਹਮਣੇ ਹੀ ਸਾਰਾ ਜੋ ਬਰਗਾੜੀ ਹੋਇਆ ਜਾਂ ਬੈਬਲ ਕਲਾ ਹੋਇਆ ਉਹ ਬੜਾ ਬਹੁਤ ਮੰਦ ਭਾਗਾ ਬੜਾ ਅਨਫੋਰਚੂਨੇਟ ਤੇ ਫਿਰ ਜਦੋਂ ਸਰਕਾਰ ਸੀ ਅਕਾਲੀ ਦਲ ਦੀ ਉਦੋਂ ਵੀ ਨਹੀਂ ਉਹ ਜਿਹੜੇ ਦੋਸ਼ੀ ਨਹੀਂ ਫੜੇ ਗਏ ਉਹ ਵੀ ਆਪਣੇ ਬੜਾ ਇਸ ਗੱਲ ਦਾ ਸਾਨੂੰ ਨਾ ਆਪਣੇ ਅੰਦਰ ਅੰਦਰ ਆਪਣੇ ਬਹੁਤ ਕਟਾ ਮਹਿਸੂਸ ਹੁੰਦਾ ਆ ਪਰ ਜਿਸ ਤਰ੍ਹਾਂ ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡਿਆ ਉਸ ਤੋਂ ਬਾਅਦ ਕਿਸਾਨਾਂ ਨੇ ਵੀ ਅਕਾਲੀ ਦਲ ਨੂੰ ਉਹ ਬਣਦਾ ਸਮਾਨ ਉਹ ਬਣਦਾ ਬਣਦੀ ਤਵੱਜੋ ਨਹੀਂ ਦਿੱਤੀ ਇਹਦਾ ਕੀ ਕਾਰਨ ਆ ਇਹ ਤਾਂ ਦੇਖੋ ਗੱਲ ਹੈ ਜੀ ਵੀ ਹੁਣ ਜਿੱਥੇ ਉਹ ਆਪਣੇ ਨਾ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਜਿਹੜੇ ਉੱਥੇ ਕਿਸਾਨ ਬੈਠੇ ਨੇ ਅਸੀਂ ਵੀ ਗਏ ਆ ਜਾ ਕੇ ਆਏ ਆ ਤੇ ਉੱਥੇ ਜੇ ਆਪਾਂ ਕਹਿ ਸਕਦੇ ਮੈਂ ਦੇਖੋ ਇਹ ਪਾਰਟੀ ਦੀ ਗੱਲ ਨਹੀਂ ਕਰਦਾ ਬਟ ਇਹ ਕਹਿ ਸਕਦੇ ਆ ਵੀ ਉੱਥੇ ਮжоਰਿਟੀ ਅਕਾਲੀ ਦਲ ਦੇ ਜਿਹੜੇ ਹੈਗੇ ਪਰਿਵਾਰ ਵਿੱਚੋਂ ਉਹਨਾਂ ਦੇ ਮੈਂਬਰਸ ਬੈਠੇ ਆ ਤੇ ਬੈਠੇ ਆ ਜਿ ਕਿਸਾਨ ਆ ਬਾਕੀ ਜਿੱਦਾਂ ਭਾਜੀਪੀ ਨੂੰ ਟੁਕੜੇ ਟੁਕੜੇ ਗੈਂਗ ਸੁਖਵੀਰ ਬਾਦਲ ਉਹਨਾਂ ਨੇ ਕਿਹਾ ਔਰ ਇੱਥੇ ਤੱਕ ਕੀ ਇਹ ਵੀ ਗੱਲ ਹੋਈ ਕਿ ਬੀਜੇਪੀ ਨੇ ਜਿਹੜੇ ਕਿਸਾਨ ਪੰਜਾਬ ਦੇ ਵਿੱਚ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਅਰਬਨ ਨੈਕਸਲ ਕਿਹਾ ਇਹ ਚੱਲ ਕੀ ਰਿਹਾ ਹੈ ਅਕਾਲੀ ਦਲ ਸਮਝਦਾ ਹੈ ਕਿ ਬੀਜੇਪੀ ਪੰਜਾਬ ਦੀ ਅਮਨ ਦੀ ਅਮਨ ਤੇ ਸ਼ਾਂਤੀ ਵਾਸਤੇ ਖਤਰਾ ਹੈਗੀ ਹੈ ਦੇਖੋ ਜੀ ਬੀਜੇਪੀ ਦੀ ਜਿਹੜੀ ਨਹੀਂ ਆਪਣੇ ਪਾਲਿਸੀ ਕਾਫੀ ਅਵਚਿਰਤੋਂ ਜਦੋਂ ਦੇ ਮੋਦੀ ਸਾਹਿਬ ਪ੍ਰਾਈਮ ਮਿੰਿਸਟਰ ਬਣੇ ਆ ਇਹ ਆਪਾਂ ਦੇਖਦੇ ਆ ਵੀ ਥੋੜਾ ਜਿਆ ਇਨ੍ਹਾਂ ਦਾ ਜਿਹੜਾ ਕਟੜ ਪਾਨੇ ਆ ਉਹਦੇ ਨਾਲ ਜਿਹੜੇ ਮਿਨੋਰਟੀਜ਼ ਆ ਉਹ ਥੋੜਾ ਜਿਹਾ ਆਪਣੇ ਇਸ ਗੱਲ ਤੋਂ ਡਰ ਡਰਦੀਆਂ ਨੇ ਪੈ ਖਾਂਦੀਆਂ ਨੇ ਚਾਹੇ ਆਪਣੇ ਇਹਨਾਂ ਦੇ ਕਹਿ ਲਓ ਗਊ ਉਹਦੇ ਵਿੱਚ ਸੇਵਾ ਦੇ ਸਬੰਧ ਚ ਕਹਿ ਲਓ ਜਾਂ ਜਿਹੜੇ ਆਪਣੇ ਕਈਆਂ ਦਾ ਨੁਕਸਾਨ ਹੋਇਆ ਉਹਨਾਂ ਨੇ ਜਿਹੜੇ ਵਿਚਾਰੇ ਆਮ ਸਧਾਰਨ ਸੀਗੇ ਆਪਣੇ ਆਪਣੇ ਯੂਪੀ ਦੇ ਜਾਂ ਬਿਹਾਰ ਦੇ ਜਿਹੜੇ ਗਾਈਆਂ ਲੈ ਕੇ ਜਾਂਦੇ ਸੀ ਉਹਨਾਂ ਨੂੰ ਵੀ ਲਿੰਚਿੰਗ ਵੇ ਹੋ ਉਹਨਾਂ ਦੀ ਮਤਲਬ ਇਹ ਇਹਦੇ ਕਰਕੇ ਜਾਂ ਚਲੋ ਕਿਸ਼ੋਰ ਧਰਮ ਦਾ ਕਹਿ ਲਓ 크ਿਸਚੀਅਨਸ ਦਾ ਕਹਿ ਲਓ ਤੇ ਹੋਣਾ ਨਹੀਂ ਚਾਹੀਦਾ ਚਾਹੇ ਉਹ ਆਪਣੇ ਸੀਡਬਲਯੂਏ ਨੂੰ ਲੈ ਕੇ ਹੋਇਆ ਨਾ ਐਨਆਰਸੀ ਨੂੰ ਲੈ ਕੇ ਹੋਇਆ ਸੋ ਭਾਜਪਾ ਨੂੰ ਤਾਂ ਹੀ ਕਿ ਜਿਹੜਾ ਉਹ ਮਤਲਬ ਨਾ ਕਹਿ ਲੋ ਟੂਪੇ ਭਾਜਪਾ ਬੈਕ ਇਨ ધ ਸੇਮ ਕੋਇਨ ਜੇ ਸੁਭੀ ਬਾਦਲ ਜੀ ਨੇ ਗੱਲ ਆਖੀ ਆ ਜੇ ਆਪਣੇ ਉਹ ਕਹਿੰਦੇ ਵੀ ਆਪਣੇ ਟੁਕੜੇ ਟੁਕੜੇ ਆਪਣੇ ਹੈਗੇ ਗੈਂਗ ਭਾਜਪਾ ਵਾਲੇ ਤੇ ਇਕਾਲੀ党 ਨੇ ਕਿਹਾ ਤਾਂ ਵੀ ਤੁਸੀਂ ਇਹਨੂੰ ਜਿਹੜਾ ਹੈਗਾ ਦੇਸ਼ ਨੂੰ ਧਾਰਮਿਕ ਲੀਹਾਂ ਤੇ ਵੰਡਣ ਦੀ ਕੋਸ਼ਿਸ਼ ਨਾ ਕਰੋ ਬਹੁਜਨ ਸਮਾਜ ਪਾਰਟੀ ਦੇ ਨਾਲ ਤੁਹਾਡੇ ਅਲਾਈਅੰਸ ਦੀ ਪਿੰਗਾ ਵਧ ਰਹੀ ਹੈ ਐਸ ਅਲਾਈਅንስ ਦਾ ਤੁਹਾਨੂੰ ਲੱਗਦਾ ਬੀਜੇਪੀ ਦੇ ਨਾਲ ਜਿਹੜਾ ਅਲਾਈਅንስ ਟੁੱਟਿਆ ਔਰ ਭੋਜਨ ਸਮਾਜ ਪਾਰਟੀ ਦੇ ਨਾਲ ਜਿਹੜਾ ਅਲਾਈਅንስ ਜੁੜਨ ਵਾਲਾ ਹੈ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਫਾਇਦਾ ਹੈ ਦੇਖੋ ਜੀ ਹੁਣ ਜਿਹੜਾ ਅਲਾਈਅንስ ਫ੍ਰੈਸ਼ਲੀ ਟੁੱਟਿਆ ਇਹ ਤਾਂ ਹੁਣ ਦੁਬਾਰਾ ਹੀ ਨੀਛੇ ਦੀ ਬਣਨਾ ਨਿਕਾ ਇਹ ਤਾਂ ਇਟ ਇਜ਼ ਬਟ ਨੈਚੁਰਲ ਬਣ ਸਕਦਾ ਭੋਨ ਨੂੰ ਤਾਂ ਕੁਝ ਵੀ ਹੋ ਸਕਦਾ ਜੀ ਕੁਝ ਵੀ ਹੋ ਸਕਦਾ ਹੈ ਕੋਈ ਯੂ ਕੈਨਟ ਰੂਲ ਇਟ ਆਊਟ ਕੋਈ ਅਸੀ ਗੱਲ ਨਹੀਂ ਹੈ ਹਜੇ ਪਤਾ ਨਹੀਂ ਨਾ ਇਹਦਾ ਜਿਹੜਾ 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 ਇਹਦਾ ਰਿਜ਼ਲਟ ਆਉਣਾ ਹੈ ਇਸ ਅੰਦੋਲਨ ਦਾ ਉਸ ਤੋਂ ਬਾਅਦ ਕਾਫੀ ਕੁਝ ਹੈ ਇੱਥੇ ਆਪਣੇ ਨਾ ਜਿਹੜੀ ਪੋਲੀਟਿਕਲ ਪਿਕਚਰ ਕਾਫੀ ਉਦੋਂ ਕਲੀਅਰ ਕਲੈਰਟੀ ਉਦੋਂ ਹੋਣੀ ਆ ਅਜੇ ਕੋਈ ਕਲੈਰਟੀ ਨਹੀਂ ਹੈ ਪਰ ਜੇ ਹੁਣ ਸਾਡਾ ਟੁੱਟ ਗਿਆ ਅਲਾਈਅੰਸ ਭਾਜਪਾ ਨਾਲ ਤੇ ਅਸੀਂ ਬੀਐਸਪੀ ਨਾਲ ਕਰ ਰਹੇ ਆ ਇਹ ਤਾਂ ਪਹਿਲਾਂ ਤੋਂ ਜਿਹੜਾ ਆਪਣੇ ਪਿੰਨਾ ਵਿੱਚ ਜਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਜਾਂ ਚਲੋ ਆਪਾਂ ਪੰਜਾਬੀ ਵੀ ਕਹਾਂ ਸਾਰੇ ਸਿੱਖ ਆਪਣੇ Hindu ਵੀ ਨਾਲ ਸਾਡੇ ਹੈਗੇ ਆ ਅਕਾਲੀ ਦਲ 'ਚ ਪੰਜਾਬੀਆਂ ਦਾ ਸਿੱਖਾਂ ਦਾ ਜਾਂ ਕਾਲੀਆਂ ਦਾ ਜਿਹੜਾ ਬੀਜੇਪੀ ਬੀਐਸਪੀ ਦੀ ਜਿਹੜਾ ਉਹਨਾਂ ਦਾ ਕੋਰ ਹੈਗਾ ਨਾ بیس ਦਲਿਤ ਭਾਈਚਾਰੇ ਉਹਨਾਂ ਦਾ ਉਹਨਾਂ ਦੇ ਨਾਲ ਪਹਿਲਾਂ ਤੋਂ ਬੜਾ ਆਪਣੇ ਕਨੈਕਸ਼ਨ ਹੈਗਾ ਹੀ ਆ ਇਹ ਪਹਿਲਾਂ ਪਹਿਲੇ ਹਮੇਸ਼ਾ ਤੁਸੀਂ ਵਾਹਜਨ ਸਮਾਜ ਪਾਰਟੀ ਨੂੰ ਸੁਖਬੀਰ ਬਾਦਲ ਉਹਨਾਂ ਵੀ ਇੱਕ ਵੋਟ ਕਟੂਆ ਪਾਰਟੀ ਦੇ ਤੌਰ ਤੇ ਰੈਫਰ ਕਰਦੇ ਰਹੇ ਅੱਜ ਉਸ ਹੀ ਵੋਟ ਕਟੂਆ ਪਾਰਟੀ ਦੇ ਨਾਲ ਅਕਾਲੀ ਦਲ ਅਲਾਈਂਸ ਕਰਨ ਜਾ ਰਹੇ ਆ ਨਹੀਂ ਵੋਟ ਕਟੂਆ ਪਾਰਟੀ ਦਾ ਇਹਦਾ ਹੁੰਦਾ ਬਿਕੋਜ਼ ਨਾ ਹਰ ਇੱਕ ਪੋਲੀਟੀਕਲ ਪਾਰਟੀ ਦਾ ਆਪਣਾ بیس ਆ ਉਹਨਾਂ ਦੀ ਇੱਕ ਵੋਟ ਬੈਂਕ ਆ ਜਿਹੜੀ ਬੀਐਸਪੀ ਦੀ ਵੋਟ ਬੈਂਕ ਸੀਗੀ ਦਲਿਤ ਆਪਣੇ ਪਰਿਵਾਰ ਜਿਹੜੇ ਆ ਐਸੀ ਪਰਿਵਾਰ ਇਸ ਕਰਕੇ ਹੋਣਾ ਆ ਬਟ ਜਿਹੜਾ ਪਿੰਨਾ ਚ ਮਾਹੌਲ ਹੈ ਨਾ ਜੀ ਆਪਣੇ ਸ਼ਹਿਰਾਂ ਵਿੱਚ ਵੀ ਬਣਨਾ ਇਹ ਜਿਹੜਾ ਆਪਣੇ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਜਾਂ ਅਕਾਲੀਆਂ ਦਾ ਫੇਰ ਮੈਂ ਕਹੂੰਗਾ ਇਹ ਦਲਿਤ ਭਾਈਚਾਰੇ ਨਾਲ ਬੜੀ ਸਾਂਝ ਆ ਬੜਾ ਗੂੜਾ ਆਪਣੇ ਨਾਲ ਦਾ ਹੈਗਾ ਆ ਪੁਰਾਣੀ ਸੰਬੰਧ ਬੜਾ ਗੂੜਾ ਨਾਤਾ ਆ ਤੇ ਉਹ ਫੇਰ ਦੁਬਾਰਾ ਸੁਰਜੀਤ ਹੋਣ ਜਾ ਰਿਹਾ ਦੁਬਾਰਾ ਫੇਰ ਕਾਇਮ ਹੋਣ ਜਾ ਰਿਹਾ ਤੇ ਇਹ ਮਤਲਬ ਇਹ ਇਹ ਪੰਜਾਬ ਦੇ ਮਾਹੌਲ ਵਾਸਤੇ ਚੰਗਾ ਹੋਊਗਾ ਨਹੀਂ ਪਰ ਤੁਸੀਂ ਇੱਕ ਬਹੁਤ ਵੱਡੀ ਗੱਲ ਕੀਤੀ ਕਿ ਬੀਜੇਪੀ ਦੇ ਨਾਲ ਅਲਾਈਅንስ ਹਮੇਸ਼ਾ ਵਾਸਤੇ ਨਹੀਂ ਟੁੱਟਿਆ ਅੱਗੇ ਚੱਲ ਕੇ ਬੀਜੇਪੀ ਦੇ ਨਾਲ ਅਕਾਲੀ ਦਲ ਦਾ ਅਲਾਈਅንስ ਫਿਰ ਦੁਬਾਰਾ ਹੋ ਸਕਦਾ ਹੈ ਖਾਸ ਕਰਕੇ ਇਸ ਅੰਦੋਲਨ ਦੇ ਰਿਜ਼ਲਟ ਜਾਂ ਅੰਜ਼ਾਮ ਤੋਂ ਬਾਅਦ ਮੈਂ ਤਾਂ ਫਿਰ ਕਹਿੰਦਾ ਜੀ ਕਰਕੇ ਨਾ ਬੀਜੇਪੀ ਇੱਕ ਹੈਗੀ ਆ ਐਂਟੀ ਕਾਂਗਰਸ ਪਲੈਟਫਾਰਮ ਤੇ ਖੜੀ ਆ ਅਕਾਲੀ ਦਲ ਦਾ ਤੇ ਇੱਥੇ ਪੰਜਾਬ ਦਾ ਸਦਾ ਹੀ ਜਿਹੜੀ ਫਾਈਟ ਰਹੀ ਹੈ ਬਿਟੂਨ ਅਕਾਲੀਜ਼ ਐਂਡ ਕਾਂਗਰਸ ਰਹੀ ਆ ਸੋ ਜਿਹੜੀਆਂ ਵੀ ਨਾਨ ਕਾਂਗਰਸ ਪਾਰਟੀਆਂ ਆ ਉਹਨਾਂ ਦੇ ਨਾਲ ਕਦੀ ਵੀ ਇਹ ਅਲਾਈਅንስ ਹੋ ਸਕਦਾ ਆ ਬਟ ਜੇ ਕਿਸਾਨਾਂ ਦੇ ਨਾਲ ਜੋ ਚੱਲ ਰਿਹਾ ਜੋ ਭਾਜਪਾ ਨੇ ਕੀਤਾ ਆ ਉਹ ਤਾਂ ਨਹੀਂ ਨਹੀਂ ਆਪਾਂ ਕਹਿ ਸਕਦੇ ਜੇ ਅੱਜ ਗੱਲ ਕਰੀਏ ਬਲਕਿ ਫਿਊਚਰ ਵਿੱਚ 2 ਸਾਲ 4 ਸਾਲ 5 ਸਾਲ 10 ਸਾਲ ਬਾਅਦ ਕੀ ਹੋਣਾ ਯੂ ਕੈਨਟ ਸੇ ਐਨੀਥਿੰਗ ਬਟ ਇਹ ਤਾਂ ਮੈਂ ਫਿਰ ਕਹਿੰਦਾ ਵੀ ਪੋਲਿਟਿਕਸ ਵਿੱਚ ਐਨੀਥਿੰਗ ਕੈਨ ਹੈਪਨ ਐਂਡ ਆਪਾਂ ਐਟ ਕੈਨ ਹੈਪਨ ਐਨੀ ਟਾਈਮ ਕਦੀ ਵੀ ਹੋ ਸਕਦਾ ਬਟ ਅੱਜ ਤਾਂ ਟੁੱਟ ਗਿਆ ਰਿਸ਼ਤਾ ਉਹ ਹੁਣ ਬਹੁਤ ਦੂਰ ਦੂਰ ਹੋ ਗਿਆ ਤੇ ਆ ਜਿਹੜਾ ਬੀਐਸਪੀ ਦਾ ਨੇਤਾ ਹੋ ਰਹੀ ਆ ਇਹ ਬੜਾ ਪੋਜ਼ਿਟਿਵ ਸਟੈਪ ਆ ਐਂਡ ਇਹਨੂੰ ਪੰਜਾਬ ਦੇ ਲੋਕ ਵੈਲਕਮ ਕਰਨਗੇ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਕਰ ਸਕਦੇ ਆਮ ਆਦਮੀ ਪਾਰਟੀ ਦੀ ਤਾਂ ਕੋਈ ਆਇਡੀਓਲੋਜੀ ਹੈ ਨਹੀਂ ਜੀ ਆਮ ਆਦਮੀ ਪਾਰਟੀ ਦਾ ਦੇਖੋ ਕੇਜਰੀਵਾਲ ਜਿਹੜੇ ਮੁੱਖ ਮੰਤਰੀ ਨੇ ਵੀ ਡੂ ਰਿਸਪੈਕਟ ਟੂ ਹਿਮ ਉਹ ਤਾਂ ਉਹਨੂੰ ਪੰਜਾਬ ਦੇ ਕਲਚਰ ਦਾ ਪੰਜਾਬ ਦੀ ਬੈਕਗ੍ਰਾਉਂਡ ਦਾ ਪੰਜਾਬ ਦੀ ਹਿਸਟਰੀ ਦਾ ਪਤਾ ਹੀ ਕੁਝ ਨਹੀਂ ਉਹਨੂੰ ਭਗਵੰਤ ਸਿੰਘ ਮਾਨ ਜਿਹੜਾ ਹੈਗਾ ਬਚਾਰਾ ਉਹ ਤਾਂ ਚਲੋ ਹੁੰਦਾ ਟੋਟਕੇ ਚੁਟਕਲੇ ਸੁਣਾਉਣ ਵਾਲਾ ਸ਼ਰੋਤ ਸ਼ੈਰੀ ਆਪਣੇ ਠੀਕ ਆ ਹੀ ਇਜ਼ ਆਪਣੇ ਸਟੇਜ ਪਰਫਾਰਮਰ ਹੈਗਾ ਆ ਭਗਵੰਤ ਮਾਨ ਬਟ ਭਗਵੰਤ ਮਾਨ ਤਾਂ ਨਹੀਂ ਪੰਜਾਬ ਨੂੰ ਕੈਰੀ ਕਰ ਸਕਦਾ ਉਹ ਤਾਂ ਇੱਕ ਸਗਾ ਉਸ ਵੇਲੇ ਇੱਕ ਬੱਬਲ ਬਣਿਆ ਸੀ ਆਮ ਆਦਮੀ ਪਾਰਟੀ ਦਾ ਡਿਊ ਟੂ ਆਪਣੇ ਅੰਨਾ ਸਾਰੇ ਤੋਂ ਬੱਬਲ ਦਾ ਫਾਇਦਾ ਕੇਜਰੀਵਾਲ ਦਿੱਲੀ ਲੈ ਗਿਆ ਪਰ ਜਦ ਪੰਜਾਬੀਆਂ ਨੇ ਦੇਖ ਲਿਆ ਵਾਟ ਇਜ਼ ਕੇਜਰੀਵਾਲਜ਼ ਟਰੂ ਫੇਸ ਉਹਦਾ ਸਹੀ ਚਿਹਰਾ ਕੀ ਹੈ ਤਾਂ ਪੰਜਾਬ ਨੇ ਉਹਨੂੰ ਨਕਾਰ ਦਿੱਤਾ ਕੇਜਰੀਵਾਲ ਨੂੰ ਉਹ ਨਹੀਂ ਕਦੀ ਹੋਣਾ ਆਮ ਆਦਮੀ ਪਾਰਟੀ ਦਾ ਚਲੋ ਠੀਕ ਹੈ ਆਪਣੀ ਜਗ੍ਹਾ ਤੇ ਜਿੰਨੀ ਹੈਗੀ ਹੈਗੀ ਆ ਆਪਣੇ ਮੈਂ ਉਹਨਾਂ ਦੀ ਆਪਣੇ ਉਹ ਨਹੀਂ ਬਦਖੋਈ ਨਹੀਂ ਕਰਦਾ ਬਟ ਉਹ ਬਹੁਤਾ ਉਹਨਾਂ ਦਾ ਪੰਜਾਬ ਦੀ ਪੋਲਿਟਿਕਸ ਵਿੱਚ ਕੋਈ ਬਹੁਤਾ ਰੋਲ ਨਹੀਂ ਰਹਿਣਾ ਇਨ ਫਿਊਚਰ ਬੀਜੇਪੀ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਖਤਰਾ ਹੈਗੀ ਦੇਖੋ ਆਪਾਂ ਤਾਂ ਇਹ ਕਵਾਂਗੇ ਭਾਸਕਰ ਜੀ ਬੀਇੰਗ ਵੈਰੀ ਰਿਸਪਾਂਸਿਬਲ ਸਿਟੀਜ਼ਨਸ ਆਫ ਇੰਡੀਆ ਐਂਡ ਪੰਜਾਬੀਜ਼ ਵੀ ਆਪਾਂ ਚਾਹੁੰਦੇ ਆਂ ਵੀ ਪੰਜਾਬ ਦਾ ਜਿਹੜਾ ਨਾ ਮਾਹੌਲ ਆ ਉਹ ਖਰਾਬ ਨਾ ਹੋਵੇ ਮਤਲਬ ਮਸੀਂ ਇੱਥੇ ਆਈ ਆ ਆਪਣੇ ਪਿਆਰ ਸਾਂਝ ਬਣਿਆ ਆ ਫਿਰ ਵੀ ਮੈਂ ਪੁੱਛਾਂਗਾ ਦੁਬਾਰਾ ਖਤਰਾ ਹੈਗੀ ਇਹ ਬੀਜੇਪੀ ਜੇ ਬੀਜਪੀ ਆਪਣੀਆਂ ਇਦਾਂ ਦੀਆਂ ਪਾਲਸੀਆਂ ਤੇ ਚੱਲਦੀ ਰਹੀ ਮੈਂ ਤੁਹਾਨੂੰ ਜਵਾਬ ਦੇ ਹੀ ਦਿੰਦਾ ਆ ਜੇ ਇਦਾਂ ਦੀਆਂ ਪਾਲਸੀਆਂ ਚੱਲਦੀ ਰਹੀ ਤਾਂ ਫਿਰ ਪਤਾ ਨਹੀਂ ਸਿਚੁਏਸ਼ਨ ਕਿਹੜਾ ਕਰਵਟ ਲੈ ਸਕਦੀ ਆ ਸੋ ਬੀਜਪੀ ਨੂੰ ਵੀ ਆਪਣੀਆਂ ਪਾਲਸੀਆਂ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਆ ਸਪੈਸ਼ਲੀ ਆਪਣੇ ਜਿਹੜੀਆਂ ਕਟਿੰਟੀਆਂ ਦੇ ਸੰਬੰਧ ਵਿੱਚ ਚਾਹੇ ਉਹ ਮੁਸਲਮ ਹੋਣ ਚਾਹੇ ਸਿੱਖ ਹੋਣ ਚਾਹੇ ਪਾਰਸੀ ਹੋਣ ਜੈਨੀ ਹੋਣ ਬੁੱਧੀਆਂ ਹੋਣ ਜਾਂ ਆਪਣੇ ਕ੍ਰਿਸਚੀਅਨ ਹੋਣ ਸੋ ਇਹਦਾ 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 ਜੇ ਸਰਕਾਰ ਬੀਜਪੀ ਦੀ ਆ ਬੀਜਪੀ ਨੂੰ ਚਾਹੀਦਾ ਆ ਵੀ ਆਪਣੇ ਉਹ ਸਾਰੀਆਂ ਮਿਨੋਰਟੀਜ਼ ਨੂੰ ਨਾਲ ਲੈ ਕੇ ਚੱਲੇ ਹੁਣ ਇੱਕ ਪਾਸੇ ਮੋਦੀ ਸਾਹਿਬ ਗੁਰਦੁਆਰਾ ਕਾਬਗੰਜ ਗਏ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਸੀਗਾ ਮੋਦੀ ਸਾਹਿਬ ਨੇ ਮਨ ਕੀ ਬਾਤ ਵਿੱਚ ਵੀ ਆਪਣੇ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਚਾਰ ਸੱਜਿਆ ਦਾ ਦੀ ਗੱਲ ਕੀਤੀ ਮਾਤਾ ਗੁਜਰੀ ਦੀ ਗੱਲ ਕੀਤੀ ਸਾਨੂੰ ਚੰਗਾ ਲੱਗਦਾ ਇਹ ਅਪਰੀਸ਼ੀਏਟ ਕਰਨਾ ਚਾਹੀਦਾ ਆ ਜਿਹੜੀ ਚੰਗੀ ਗੱਲ ਆ ਪਰ ਤੁਸੀਂ ਆਪਣੇ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਹੈਗੇ ਆ ਐਕਸ਼ਨਸ ਆ ਉਹਦੇ ਨਾਲ ਤੁਸੀਂ ਆਪਣੀ ਜਿਹੜੀ ਨੀਤੀ ਨੂੰ ਵੀ ਤਾਂ ਆਪਣੇ ਬਦਲੋ ਨੀਤੀ ਵੀ ਆਪਣੀ ਜਿਹੜੀ ਤੁਹਾਡੀ ਪਾਲਿਸੀ ਆ ਜਾਂ ਤੁਹਾਡੀ ਜਿਹੜਾ ਹੈਗਾ ਆਪਣੇ ਪ੍ਰੋਗਰਾਮ ਹੈ ਤੁਹਾਡੇ ਜਾਂ ਤੁਹਾਡੇ ਫੈਸਲੇ ਆ ਉਹ ਦਿਖਾਉਣ ਨੂੰ ਤਾਂ ਆਪਾਂ ਚੰਗੇ ਲੱਗਦੇ ਆ ਬਟ ਤੁਹਾਨੂੰ ਉਹਦੀ ਇੰਪਲੀਮੈਂਟੇਸ਼ਨ ਵੀ ਉਹਦੇ ਮਤਾਬਕ ਕਰਨੀ ਚਾਹੀਦੀ ਆ ਹੁਣ ਕੱਲ ਕਿਸਾਨਾਂ ਦੀ ਔਰ ਸਰਕਾਰ ਦੀ ਗੱਲਬਾਤ ਦੁਬਾਰਾ ਸ਼ੁਰੂ ਹੋ ਰਹੀ ਏ ਤੁਹਾਨੂੰ ਕੋਈ ਉਮੀਦ ਹੈਗੀ ਏ ਕਿ ਇਹਦੀ ਕੋਈ ਆਊਟਕਮ ਕੱਲ ਨਿਕਲੇਗੀ ਜਿਹੜੀ ਇਹਨਾਂ ਨੇ ਲੈਟਰ ਲਿਖੀ ਸੀ ਕਿਸਾਨਾਂ ਨੂੰ ਤੇ ਕਿਸਾਨਾਂ ਦੇ ਲੀਡਰਸ ਨੇ ਉਹਨੂੰ ਬੜਾ ਪੋਜ਼ਿਟਿਵਲੀ ਐਕਸੈਪਟ ਕਰ ਲਿਆ ਤੇ ਇਹ ਤੋਂ ਲੱਗਦਾ ਵੀ ਕੋਈ ਇਹਨਾਂ ਦੀ ਜਿਹੜੀ ਹੈਗੀ ਆ ਬੈਕ ਡੋਰ ਜਿਹੜੀ ਚੈਨਲਸ ਇਹਨਾਂ ਦੇ ਓਪਨ ਹੈ ਉਹ ਗੱਲਬਾਤ ਚੱਲ ਰਹੀ ਹੈ ਇਹਨਾਂ ਦੀ ਕੋਈ ਇਹਨਾਂ ਦੀ ਡਿਪਲੋਮੇਸੀ ਜਿਹੜੀ ਹੈਗੀ ਆ ਇਟ ਇਜ਼ ਵਰਕਿੰਗ ਬੀਟਵੀਨ ਗਵਰਨਮੈਂਟ ਐਂਡ ਬੀਟਵੀਨ ਦਾ ਕਿਸਾਨ ਲੀਡਰਸ ਸੋ ਇਹ ਜਿਹੜਾ ਮੈਂ ਫਿਰ ਉਹਨੂੰ ਲਿਖੇ ਦੇ ਤਾਂ ਉਹਨਾਂ ਨੇ ਇੱਕ ਵੀ ਐਮਐਸਪੀ ਅਸੀਂ ਤੁਹਾਨੂੰ ਰਿਟਨ ਗਾਰੰਟੀ ਦੇਵਾਂਗੇ ਕਈ ਗੱਲਾਂ ਉਹਨਾਂ ਨੇ ਜਿਹੜੀਆਂ ਇਹ ਕਿਸਾਨ ਜਸੇਬੰਦੀਆਂ ਡਿਮਾਂਡ ਕਰ ਰਹੀਆਂ ਸੀਗੀਆਂ ਉਹ ਲੈਟਰ ਵਿੱਚ ਉਹਦਾ ਜ਼ਿਕਰ ਹੈਗਾ ਆ ਸਾਨੂੰ ਲੱਗਦਾ ਆ ਵੀ ਇਹ ਜਿਹੜਾ ਸਟੇਲਮੈਂਟ ਆ ਡੈਡਲੌਕ ਆ ਇਹ ਆਉਣ ਵਾਲੇ ਦਿਨਾਂ 'ਚ ਏ ਟੁੱਟੂ ਆ ਤੇ ਅਸੀਂ ਪੋਜੀਟਿਵਲੀ ਸੋਚਦੇ ਆ ਟੁੱਟਣਾ ਚਾਹੀਦਾ ਆ ਬਟ ਜਿਹੜਾ ਉਹਨਾਂ ਨੇ ਇਹਦੇ ਪਿੱਛੇ ਕੋਈ ਰਜਿਸਟਰ ਨਹੀਂ ਕੀਤਾ ਵੀ ਇਸ ਮੀਟਿੰਗ ਚ ਆਉਣਾ ਨਹੀਂ ਜਿੱਦਾਂ ਕਿਸਾਨ ਅੱਗੇ ਕਹਿੰਦੇ ਸੀਗੇ ਵੀ ਸਾਨੂੰ ਇੱਕ ਕਲੀਅਰ ਕਟ ਏਜੰਡਾ ਦਿਓ ਪੁਆਇੰਟਸ ਦਿਓ ਅਸੀਂ ਤੁਹਾਨੂੰ ਪੁਆਇੰਟ ਬਾਏ ਪੁਆਇੰਟ ਤੁਹਾਨੂੰ ਜਵਾਬ ਦੇਵਾਂਗੇ ਤੇ ਤੁਸੀਂ ਫੈਸਲਾ ਕਰਕੇ ਦੱਸੋ ਸਾਨੂੰ ਵੀ ਤੁਸੀਂ ਮੰਨਦੇ ਕਿ ਨਹੀਂ ਮੰਨਦੇ ਉਹ ਜਿਹੜਾ ਮਾਹੌਲ ਥੋੜਾ ਚੇਂਜ ਹੋ ਗਿਆ ਤੇ ਕੱਲ ਦੀ ਮੀਟਿੰਗ ਵਿੱਚ ਬੜੀਆਂ ਪੰਜਾਬੀਆਂ ਨੂੰ ਆਸਾਂ ਆ ਵੀ ਉਹਦੇ ਵਿੱਚ ਸ਼ਾਇਦ ਕੋਈ ਥੋੜੀ ਬਹੁਤੀ ਗਰਾਉਂਡ ਹੋਰ ਕਵਰ ਹੋ ਜਾਊਗੀ ਬਿਟਵੀਨ ਕਿਸਾਨ ਐਂਡ ਗਵਰਨਮੈਂਟ ਜਿਹੜੀ ਕਿ ਰਹਿ ਗਈ ਫੇਰ ਹੋ ਸਕਦਾ ਇੱਕ ਦੋ ਮੀਟਿੰਗਾਂ ਹੋਣ ਫੇਰ ਕਵਰ ਹੋ ਜਾਊਗੀ ਬਟ ਆਸ ਹੈਗੀ ਆ ਵੀ ਜ਼ਰੂਰ ਉਹਦਾ ਕੋਈ ਚੰਗਾ ਸਿੱਟਾ ਨਿਕਲੂਗਾ ਦੇਸ਼ ਪ੍ਰਦੇਸ਼ ਟੀਵੀ ਨਾਲ ਗੱਲ ਕਰਨ ਵਾਸਤੇ ਵਡਾਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਐਸੀਗੇ ਗੁਰਪ੍ਰਤਾਪ ਸਿੰਘ ਵਡਾਲਾ ਨਕੋਦਰ ਤੋਂ ਅਕਾਲੀ ਦਲ ਦੇ ਐਮਐਲਏ ਉਹਨਾਂ ਨੇ ਕਿਹਾ ਕਿ ਕੱਲ ਦੀ ਕਿਸਾਨਾਂ ਦੇ ਨਾਲ ਜਿਹੜੀ ਸਰਕਾਰ ਨਾਲ ਕੋਈ ਗੱਲਬਾਤ ਹੋ ਰਹੀ ਹੈ ਉਸ ਗੱਲਬਾਤ ਤੋਂ ਆਸ ਹੈ ਕਿ ਕੋਈ ਨਤੀਜਾ ਨਿਕਲੇਗਾ। ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕੀਤੀ ਕਿ ਆਉਣ ਵਾਲੇ ਟਾਈਮ ਵਿੱਚ ਜਿਹੜਾ ਭਾਜਪਾ ਦੇ ਨਾਲ ਅਕਾਲੀ ਦਲ ਦਾ ਰਿਸ਼ਤਾ ਟੁੱਟਿਆ ਉਹ ਅਗਰ ਕਿਸਾਨਾਂ ਦੇ ਸੰਘਰਸ਼ ਦੇ ਸ਼ਾਂਤ ਹੋਣ ਤੋਂ ਬਾਅਦ ਦੁਬਾਰਾ ਵੀ ਜੁੜ ਸਕਦਾ ਹੈ। ਦੇਸ਼ ਪ੍ਰਦੇਸ਼ ਟੀਵੀ ਲਈ ਕੈਮਰਾਮੈਨ ਸੁਨੀਲ ਦੇ ਨਾਲ ਰਾਜੀਵ ਪਾਸਕਰ ਜਲੰਧਰ